ਕਸਰੋ ਦਾ ਕਸਰ ਕਸਰੋ ਦਾ ਆ ਜਿਹੜਾ ਤੁਸੀਂ ਫਰੂਟੀ ਨਸ਼ਾ ਜਿਹਨੂੰ ਫਰੂਟੀ ਕਹਿੰਦੇ ਆ ਨਸ਼ਾ ਕਹਿੰਦੇ ਹੋ ਸੁੰਘਦੇ ਹੋ ਰਮਾਲ ਦੇ ਵਿੱਚ ਕੀ ਸੁੰਘਦੇ ਕਿੱਥੋਂ ਲੈ ਕੇ ਆਉਂਦੇ ਕੀ ਸੁੰਘਦੇ ਹੋ ਆਇਆ ਸੀ ਤਾਂ ਨਹੀਂ ਲੈ ਕੇ ਆਉਂਦੇ ਹੋਰ ਕੌਣ ਲੈ ਕੇ ਆਉਂਦਾ ਵੱਡੇ ਲੈ ਕੇ ਆਉਂਦੇ ਆ ਵੱਡੇ ਉਹ ਤੁਹਾਨੂੰ ਦਿੰਦੇ ਆ ਸੁੰਘਣ ਵਾਸਤੇ ਹਾਂ ਹੈ ਕਿੰਨੇ ਕੁ ਬੱਚੇ ਐਸਿਆਂ ਦੀ ਪੜਦੇ ਆ ਹੈ ਐਸਿਆਂ ਦੀ ਕਿੰਨੇ ਦੇ ਪਰ ਉਹਨਾਂ ਦਾ ਪ੍ਰੋਪਰ ਇਲਾਜ ਚੱਲ ਰਿਹਾ ਹੈ ਸਾਡੇ ਕੋਲੇ ਸਾਰੇ ਮਰੀਜ਼ ਹਫਤੇ 10 ਦਿਨ ਤੋਂ ਦਾਖਲ ਨੇ ਅਤੇ ਕੁਛ ਮਰੀਜ਼ ਸਾਡੇ ਤੋਂ ਹੁਣੀ ਛੁੱਟੀ ਲੈ ਗਏ ਨੇ ਅੱਜ ਹੀ 4-5 ਮਰੀਜ਼ ਪਹਿਲੇ ਸਾਡੇ ਕੋਲ 18-19 ਪੇਸ਼ੈਂਟ ਦਾਖਲ ਸੀਗੇ ਅਤੇ ਹੋਰ ਵੀ ਸਾਡੇ ਕੋਲ ਬਹੁਤ ਪੇਸ਼ੈਂਟ ਆਉਂਦੇ ਨੇ ਦਾਖਲ ਹੋਣ ਲਈ ਪਰ ਚਲੋ ਬੈੱਡ ਸਾਨੂੰ 10 ਸੈਂਕਸ਼ਨ ਨੇ ਸਰਕਾਰ ਵੱਲੋਂ ਇਸ ਕਰਕੇ ਅਸੀਂ ਕੋਸ਼ਿਸ਼ ਕਰੀ ਦੀ ਹੈ ਕਿ ਉਨੇ ਹੀ ਪੂਰੇ ਰੱਖੀਏ 10 ਇਸ ਤੋਂ ਜ਼ਿਆਦਾ ਵਧਾਉਣ ਦੀ ਕੋਸ਼ਿਸ਼ ਨਾ ਕਰੀਏ ਕਿਉਂਕਿ ਸਟਾਫ ਦੀ ਕਮੀ ਹੈ ਉਹ ਪੂਰਾ ਹੋ ਰਿਹਾ ਫਿਰ ਉਸ ਤੋਂ ਬਾਅਦ ਅਸੀਂ ਜ਼ਿਆਦਾ ਰੱਖਣ ਦੀ ਕੋਸ਼ਿਸ਼ ਕਰਾਂਗੇ ਪੇਸ਼ੈਂਟ ਸਾਡੇ ਕੋਲ 13 ਸਾਲ ਦਾ ਬੱਚਾ ਦਾਖਲ ਹੈ ਜਿਹੜਾ ਕਿ 2 ਸਾਲ ਤੋਂ ਟ੍ਰੈਮਾਡੋਲ ਦੀਆਂ ਗੋਲੀਆਂ ਖਾ ਰਿਹਾ ਸੀਗਾ 10-15 ਰੋਜ਼ ਦੀਆਂ ਗੋਲੀਆਂ ਖਾਂਦਾ ਸੀ ਜਿਹੜਾ ਅਸੀਂ ਇਲਾਜ ਚੱਲ ਰਿਹਾ ਹੈ 4-5 ਦਿਨ ਤੋਂ ਉਹ ਸੈਟਲ ਹੋ ਗਿਆ ਅਤੇ ਅਗਲੇ 4-5 ਦਿਨ ਤੋਂ ਬਾਅਦ ਅਸੀਂ ਛੁੱਟੀ ਕਰ ਦਾਂਗੇ ਅਤੇ ਅਗਲੇ ਹਰ 10 ਦਿਨ ਬਾਅਦ ਬੁਲਾਵਾਂਗੇ ਤਾਂ ਕਿ ਉਹਦਾ ਮੇਨਟੇਨੈਂਸ ਇਲਾਜ ਹੋ ਸਕੇ ਅਤੇ ਫਿਰ ਸਾਡੀ ਕੋਸ਼ਿਸ਼ ਰਹੂਗੀ ਕਿ ਉਹਨੂੰ ਅਸੀਂ ਥੇੜੀ ਭੇਜ ਦਈਏ ਰੀਹੈਬ ਸੈਂਟਰ 'ਚ ਤਾਂ ਕਿ ਉਹ 1-2 ਮਹੀਨੇ ਉੱਥੇ ਬਿਤਾਵੇ ਤਾਂ ਕਿ ਪ੍ਰੋਪਰ ਢੰਗ ਨਾਲ ਠੀਕ ਹੋ ਸਕੇ ਸਿਹਤ ਉਹਦੀ ਠੀਕ ਹੈ ਜਿਹੜਾ ਉਹਨੂੰ ਤਕਲੀਫ ਆਉਂਦੀ ਹੈ ਨਸ਼ਾ ਛੱਡਣ ਨਾਲ ਸਰੀਰ ਦਰਦ ਹੈ ਕੋਈ ਡਾਇਰੀਆ ਹੈ ਲੂਜ਼ ਮੋਸ਼ਨ ਲੱਗ ਜਾਂਦੀ ਹੈ ਕੋਈ ਨੀਂਦ ਘੱਟ ਜਾਂਦੀ ਹੈ ਉਹਨੂੰ ਕੁਛ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਇਸ ਟਾਈਮ ਪ੍ਰੋਪਰ ਧਿਆਨ ਰੱਖਿਆ ਜਾ ਰਿਹਾ ਉਹਦਾ ਪਿੰਡਾਂ ਦੇ ਵਿੱਚ ਨਸ਼ਾ ਆਮ ਹੋ ਚੁੱਕਿਆ ਅਸੀਂ ਉਹਨਾਂ ਪਿੰਡ ਮੁੰਡਿਆਂ ਤੋਂ ਪ੍ਰੇਰਨਾ ਲਈ ਅਤੇ ਅੱਜ ਸਾਡੇ ਪਿੰਡ ਦੇ ਵਿੱਚ ਵੀ ਇਹ ਸੰਤਾਪ ਭੋਗ ਰਹੇ ਸੀ ਕਈ ਪਰਿਵਾਰ ਅਸੀਂ ਵੇਖਿਆ ਅਸੀਂ ਸਾਡੇ ਨਾਲ ਗ੍ਰਾਮ ਪੰਚਾਇਤ ਨਾਲ ਅਸੀਂ ਗੱਲਬਾਤ ਕੀਤੀ ਨੌਜਵਾਨ ਅੱਗੇ ਆਏ ਜਿਹੜੇ ਅਸੀਂ ਹਜੂਮ ਬਣ ਗਿਆ ਇੱਕ ਜਿਹਨੂੰ ਅਸੀਂ ਕਰੀਬ ਕਹਿ ਸਕਦੇ ਗਿਣਤੀ ਵਿੱਚ 70 ਜਾਣੇ ਹਾਂ 70 ਦੇ ਨਾਲ ਨਗਰ ਸਾਡੇ ਨਾਲ ਹੋ ਗਿਆ ਅਸੀਂ ਪਿੰਡ ਦੇ ਵਿੱਚ ਖੋਜ ਕੀਤੀ ਕਿਹੜਾ ਬੰਦਾ ਨਸ਼ਾ ਵੇਚ ਰਿਹਾ ਅਤੇ ਕਿਹੜਾ ਕਰ ਰਿਹਾ ਸੋ ਅਸੀਂ ਉਹਨਾਂ ਨੂੰ ਇੱਕ ਵਾਰਨਿੰਗ ਦਿੱਤੀ ਵੀ ਤੁਸੀਂ ਨਸ਼ਾ ਵੇਚ ਰਹੇ ਹੋ ਤੁਸੀਂ ਆਮ ਕੀਤਾ ਤਾਂ ਅੱਜ ਘਰਾਂ ਦੇ ਵਿੱਚ ਘਰ ਘਰ ਬੰਦੇ ਗੋਲੀ ਖਾ ਰਹੇ ਆ ਜਾਂ ਚਿੱਟਾ ਖਾ ਰਹੇ ਆ ਸੋ ਉਹਨਾਂ ਬੰਦਿਆਂ ਨੇ ਸਾਡੇ ਹੀ ਇਕੱਠ ਵੇਖ ਕੇ ਸਾਨੂੰ ਆਪਦੇ ਆਪ ਲਿਖਤੀ ਰੂਪ ਦੇ ਵਿੱਚ ਸਾਨੂੰ ਦੇ ਗਿਆ ਵੀ ਅਸੀਂ ਜਿੰਨੀ ਕੁ ਗਲਤੀ ਕਰ ਚੁੱਕੇ ਹਾਂ ਮੁੜ ਅਸੀਂ ਇਹ ਗਲਤੀ ਨਹੀਂ ਕਰਾਂਗੇ ਪਰ ਅੱਜ ਵੀ ਅਸੀਂ ਉਹਨਾਂ 'ਤੇ ਆਪਦੇ ਫੋਕਸ ਬਣਾ ਕੇ ਰੱਖੇ ਹੋਏ ਆ ਉਹਦੀਆਂ ਸੀਟੀਆਂ ਛੱਡੀਆਂ ਹੋਈਆਂ ਵੀ ਬੰਦੇ ਵਾਕਈ ਕੰਮ ਕਰੀ ਜਾਂਦੇ ਆ ਕਿ ਨਹੀਂ ਕਰਨ ਉਹ ਹਟ ਗਏ ਰਹੀ ਗੱਲ ਜਿਹੜੇ ਬੰਦੇ ਕਰ ਰਹੇ ਸੀਗੇ ਉਹਨਾਂ ਨੂੰ ਅਸੀਂ ਆਖਿਆ ਵੀ ਕਮੇਟੀ ਨਾਲ ਤਾਲਮੇਲ ਕਰੋ ਜੇਕਰ ਤੁਸੀਂ ਛੱਡਣਾ ਚਾਹੁੰਦੇ ਹੋ ਅਸੀਂ ਤੁਹਾਡੇ 'ਤੇ ਸਾਰਾ ਖਰਚਾ ਕਰਾਂਗੇ ਅਸੀਂ ਤੁਹਾਨੂੰ ਛੁਡਵਾ ਕੇ ਲਿਆਉਣਾ ਨਸ਼ਾ ਸੋ ਉਸੇ ਤਰ੍ਹਾਂ ਅੱਜ ਨਹੀਂ ਲੈ ਕੇ ਗਏ ਅੱਜ ਤੋਂ ਪਹਿਲਾਂ ਅਸੀਂ 5-4 ਦਿਨ ਪਹਿਲਾਂ ਲੈ ਕੇ ਆਏ ਸੀਗੇ ਮਰੀਜ਼ ਭੁੱਟੀ ਵਾਲ ਦੇ ਉੱਥੇ ਦਾਖਲ ਕੀਤੇ ਗਏ ਸੀਗੇ ਜਿਨ੍ਹਾਂ ਦਾ ਪ੍ਰੋਪਰ ਇਲਾਜ ਇੱਥੇ ਸਾਰਾ ਪ੍ਰਸ਼ਾਸਨ ਵਧੀਆ ਸਾਡੀ ਮਦਦ ਕਰ ਰਿਹਾ ਸਾਰਾ ਸਟਾਫ ਵਧੀਆ ਮਦਦ ਕਰ ਭੁੱਟੀ ਵਾਲ ਦੇ 4 ਮਰੀਜ਼ ਇੱਥੇ ਪਹੁੰਚੇ ਹੋਏ ਸੀ ਉਹ ਫਿਲਹਾਲ 2 ਦਾਖਲ ਹੈ ਬਹੁਤ ਵਧੀਆ ਵਾਹਿਗੁਰੂ ਦੀ ਕਿਰਪਾ ਨਾਲ ਸਾਨੂੰ ਉਮੀਦ ਆ ਵੀ ਉਹ ਘੋੜੇ ਵਰਗੇ ਬਣ ਕੇ ਜਾਣਗੇ ਅੱਜ ਭਲਕੇ ਉਹਨਾਂ ਨੂੰ ਛੁੱਟੀ ਮਿਲਣ ਵਾਲੀ ਹੈ ਉਹਨਾਂ ਦਾ ਇਲਾਜ ਬਹੁਤ ਵਧੀਆ ਹੋਇਆ ਉਮਰ ਨਹੀਂ ਸੋਰੀ ਮੈਂ ਦੱਸ ਸਕਦਾ ਅਤੇ ਨਾ ਮੈਨੂੰ ਪਤਾ ਜੀ ਰਜਿਸਟ੍ਰੇਸ਼ਨ ਮੈਂ ਕਿਤਨੀ ਉਮਰ ਦੀ ਹੈ ਮੈਂ ਮਾਫੀ ਚਾਹੁੰਦਾ ਨਹੀਂ ਜੀ ਇਹ ਅਸਲ ਮੇਰੇ ਧਿਆਨ ਦੇ ਵਿੱਚ ਨਹੀਂ ਸ਼ਾਇਦ ਤੁਸੀਂ ਮੇਰੇ ਤੋਂ ਪੁੱਛਣਾ ਚਾਹੁੰਦੇ ਹੋ ਵੀ ਉਹ ਮੇਰੇ ਨਗਰ ਦਾ ਚਾਹੇ ਕਿਵੇਂ ਆ ਇਹ ਪੁਆਇੰਟ ਨਾ ਕੋਈ ਹੈ ਮੈਂ ਇੱਕ ਗੱਲ ਕਰ ਦਿੱਤੀ ਹੈ ਵੀ ਭੁੱਟੀ ਵਾਲੇ ਤੋਂ ਆਏ ਆ ਮਰੀਜ਼ ਭੁੱਟੀ ਵਾਲ ਤੋਂ ਲੈ ਕੇ ਆਏ ਆ ਆਪਦਾ ਫਰਜ਼ ਸਮਝਦੇ ਹੋਏ ਲੈ ਕੇ ਆਏ ਆ ਮੇਰਾ ਨਗਰ ਭੁੱਟੀ ਵਾਲਾ ਉੱਥੋਂ ਹੀ ਅਸੀਂ ਲੈ ਕੇ ਜਾਵਾਂਗੇ ਜਿਨ੍ਹਾਂ ਨੂੰ ਲੈ ਕੇ ਆਏ ਆ ਉਹਨਾਂ ਨੂੰ ਉੱਥੇ ਸਹੀ ਸਲਾਮਤ ਪਹੁੰਚਾਵਾਂਗੇ ਆਪਦੀ ਜ਼ਿੰਮੇਵਾਰੀ 'ਤੇ